ਬਲਦੇਵ ਸਿੰਘ ਖਾਟਾ ਯਾਦਗਾਰੀ ਨਵਾਂ ਕਬੱਡੀ ਕੱਪ ਹਰਮਨ ਖਾਟਾ ਸਪੋਰਟਸ ਐਂਡ ਵੈਲਫੇਅਰ ਕਲੱਬ ਰਜਿਸਟਰਡ ਪਿੰਡ ਖਾਟਾ ਖੰਨਾ ਵੱਲੋਂ ਕਰਵਾਇਆ ਗਿਆ। ਕਲੱਬ ਦੇ ਸਰਪ੍ਰਸਤ ਜਗਦੀਪ ਸਿੰਘ ਸੋਖਾ ਨੇ ਕਿਹਾ ਕਿ 8 ਕਲੱਬ ਦੀਆਂ ਟੀਮਾਂ ਵੱਲੋਂ ਭਾਗ ਲਿਆ ਜਾ ਰਿਹਾ ਹੈ ਅਤੇ ਪਹਿਲੀ ਜੇਤੂ ਟੀਮ ਨੂੰ 2,50,000 ਰੁਪਏ ਦਾ ਇਨਾਮ ਅਤੇ ਦੂਸਰੀ ਜੇਤੂ ਟੀਮ ਨੂੰ 1,00,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਬੈਸਟ ਰੇਡਰ ਅਤੇ ਜਾਫੀ ਨੂੰ 11,000 ਰੁਪਏ ਦਿੱਤੇ ਜਾਂਦੇ ਨੇ ਅਤੇ ਕਿਹਾ ਕਿ ਬਹੁਤ ਦੂਰੋਂ ਦੂਰੋਂ ਟੀਮਾਂ ਇੱਥੇ ਕਬੱਡੀ ਕੱਪ ਵਿੱਚ ਭਾਗ ਲੈਣ ਲਈ ਆਉਂਦੀਆਂ ਨੇ ਅਤੇ ਲੋਕ ਵੀ ਬਹੁਤ ਹੀ ਉਤਸ਼ਾਹ ਦੇ ਨਾਲ ਕਬੱਡੀ ਕੱਪ ਨੂੰ ਦੇਖਣ ਲਈ ਆਉਂਦੇ ਨੇ। ਇਸ ਮੌਕੇ 'ਤੇ ਫਗਵਾੜਾ ਦੌਹੀ ਟੀਮ ਦੇ ਕੋਚ ਨੇ ਦੱਸਿਆ ਕਿ ਸਾਨੂੰ ਸਰਕਾਰਾਂ ਵੱਲੋਂ ਕੋਈ ਵੀ ਮਦਦ ਨਹੀਂ ਮਿਲਦੀ। ਹਾਂਜੀ ਸਰ, ਆਪਕਾ ਨਾਮ? ਮੇਰਾ ਨਾਮ ਜਗਦੀਪ ਸਿੰਘ ਸੁੱਖਾ ਜੀ। ਸਰ, ਇਸ ਯਹਾਂ ਪੇ ਜੋ ਇਹ ਖੇਡੇ ਹੋਤੀ ਹੈ, ਬਲਦੇਵ ਸਿੰਘ ਯਾਦਗਾਰੀ ਖੱਟੜਾ ਕਬੱਡੀ ਕੱਪ, ਜਿਸ ਦਾ ਅੱਜ 9ਵਾਂ ਕਬੱਡੀ ਕੱਪ ਚੱਲ ਰਿਹਾ, ਜਿਸ ਵਿੱਚ 8 ਕਲੱਬ ਦੀਆਂ ਟੀਮਾਂ ਭਾਗ ਲੈ ਰਹੀਆਂ ਨੇ। ਜੋ ਇਸ ਟਾਈਮ ਮੈਚ ਚੱਲ ਰਹੇ ਨੇ, ਸੈਮੀਫਾਈਨਲ ਮੈਚ ਚੱਲ ਰਹੇ ਨੇ, ਇਹਨਾਂ ਵਿੱਚ ਵੱਡੇ ਇਨਾਮ ਦਿੱਤੇ ਜਾਂਦੇ ਨੇ। ਪਹਿਲੇ ਜੇਤੂ ਟੀਮ ਨੂੰ 2,50,000 ਰੁਪਇਆ ਇਨਾਮ ਅਤੇ ਦੂਸਰੀ ਟੀਮ ਨੂੰ 1,00,000 ਇਨਾਮ, ਅਤੇ ਜੋ ਬੈਸਟ ਰੇਡਰ ਨੇ ਉਹਨਾਂ ਨੂੰ 11,000 ਅਤੇ ਬੈਸਟ ਜਾਫੀ ਨੂੰ ਵੀ 11,000 ਦਿੱਤਾ ਜਾਂਦਾ। ਸਰ, ਇਹ ਸਾਰੇ ਕਬੱਡੀ ਮਹਾਂਕੁੰਭ ਦੇ ਜੋ ਸਰਪ੍ਰਸਤ ਆ ਦਲਮੇਖ ਸਿੰਘ ਖੱਟੜਾ, ਜੋ ਸਾਬਕਾ ਮੈਂਬਰ ਸਾਬਕਾ ਸ਼੍ਰੋਮਣੀ ਕਮੇਟੀ ਸਕੱਤਰ ਸਨ, ਉਹਨਾਂ ਨੇ ਆਪਣੇ ਭਰਾ ਦੀ ਨਿੱਕੀ ਯਾਦ ਨੂੰ ਤਾਜ਼ਾ ਕਰਨ ਲਈ ਉਹਨਾਂ ਨੇ ਹਰੇਕ ਸਾਲ ਇਸ ਕਬੱਡੀ ਮਹਾਂਕੁੰਭ ਕਰਾਉਣ ਦਾ ਟੀਚਾ ਲਿਖਿਆ ਹੈ ਅਤੇ ਹਰੇਕ ਵਾਰੀ ਮਾਰਚ ਦੇ ਪਹਿਲੇ ਹਫ਼ਤੇ ਜਾਂ ਫਰਵਰੀ ਦੇ ਲਾਸਟ ਅਸੀਂ ਇਹਨੂੰ ਆਪਣੇ ਕਬੱਡੀ ਕੱਪ ਨੂੰ ਕਰਵਾਉਂਦੇ ਹਾਂ। ਅਤੇ ਸਾਡੇ ਇਸ ਕਬੱਡੀ ਕੱਪ 'ਚ ਕਾਫ਼ੀ 2-3 ਹਜ਼ਾਰ ਤੋਂ 5,000 ਬੰਦਾ ਇਕੱਠਾ ਹੁੰਦਾ ਅਤੇ ਆਲੇ ਦੁਆਲੇ ਦੇ ਲੋਕ ਸਾਡੇ ਇਸ ਕਬੱਡੀ ਕੱਪ ਨੂੰ ਦੇਖਣ ਲਈ ਆਉਂਦੇ ਹਨ। ਅਤੇ ਅਸੀਂ ਉਸ ਸਾਰੀ ਸਮੂਹ ਸੰਗਤ ਦਾ ਅਤੇ ਸਮੂਹ ਸਾਡੇ ਜੋ ਰਿਸ਼ਤੇਦਾਰ, ਸਾਡੇ ਭੈਣ, ਸਾਡੇ ਭਰਾ, ਸਾਡੇ ਪਿੰਡ ਨਿਵਾਸੀ ਅਤੇ ਸਾਡੇ ਦਸ ਮਤਲਬ ਜੋ ਵੀ ਸਾਡੇ ਮਿੱਤਰ ਮੇਲੀ ਆਉਂਦੇ ਨੇ, ਅਸੀਂ ਉਹਨਾਂ ਦਾ ਪਹੁੰਚਣ ਦੇ ਬਹੁਤ ਧੰਨਵਾਦ ਕਰਦੇ ਹਾਂ। ਸਰ, ਕਿਆ ਇਸ ਟੀਮ ਮੇ ਖੱਟੜਾ ਗਾਓ ਕੇ ਵੀ ਪਲੇਅਰਸ ਹੈ? ਖੱਟੜਾ ਗਾਓ ਕੇ ਕੋਈ ਪਲੇਅਰ ਨਹੀਂ ਹੈ, ਇਹ ਪਲੇਅਰ SGPC ਸ਼੍ਰੋਮਣੀ ਕਮੇਟੀ ਟੀਮ ਹੈ, ਇੱਕ ਖਾਲਸਾ ਵਾਰੀਅਰ ਦੀ ਟੀਮ ਹੈ ਜੋ ਅਸੀਂ ਦਸਤਾ ਦਲਮੇਖ ਸਿੰਘ ਜੀ ਨੇ ਬਣਾਈ ਸੀ। ਔਰ ਆਪ ਇਹ ਕੈਂਪ ਕਿੰਨੇ ਸਾਲੋਂ ਮੇ ਲਗਾਤੇ ਹੈ? ਇਹ ਸਾਡੇ ਤਕਰੀਬਨ ਅੱਜ ਇਸ ਵਾਰ ਸਾਨੂੰ 9 ਸਾਲ ਪੂਰੇ ਹੋ ਜਾਣੇ ਅੱਜ 9 ਸਾਲ ਹੋ ਗਏ। ਔਰ ਇਹ ਕਬੱਡੀ ਟੀਮ ਕੇ ਜੋ ਟੀਮ ਹੈ, ਇਹ ਕਹਾਂ ਕਹਾਂ ਸੇ ਆਈ ਹੈ? ਕਬੱਡੀ ਟੀਮ ਇੱਕ ਤੋਂ ਫਗਵਾੜੇ ਦੀ ਹੈ ਜੀ, ਅਤੇ ਕਾਲਖ ਦੀ ਆ, ਅਤੇ ਇਹ ਨੌਰਥ ਕਬੱਡੀ ਫੈਡਰੇਸ਼ਨ ਦੀ ਟੀਮ ਹੈ। ਸਰ, ਇਸ ਕੈਂਪ ਦਾ ਖਰਚਾ? ਇਸ ਕੈਂਪ ਦੇ ਖਰਚਾ ਤਕਰੀਬਨ 9-10 ਲੱਖ ਰੁਪਏ ਲੱਗਦਾ। ਫਿਰ ਇਹ ਖਰਚਾ ਕੌਣ ਕਰਦਾ ਹੈ? ਇਹ ਖਰਚਾ ਸਾਡੀ ਫੈਮਿਲੀ ਕਰਦੀ ਆ, ਉਹ ਸਾਡੇ ਮਿੱਤਰ ਦੋਸਤ ਨੇ, ਜਿਸ ਤਰ੍ਹਾਂ ਸਾਡਾ ਇੱਕ ਮੁੰਡਾ ਅਮਨਦੀਪ ਸਿੰਘ ਤੱਖਰ ਆ, ਉਹਨੇ 2,50,000 ਰੁਪਏ ਦੀ ਭੇਟ ਦਿੱਤੀ ਆ ਪਿੰਡ ਕੋਟਲੇ ਬੱਡਲੇ ਤੋਂ, ਫਾਦਰ ਸਾਹਿਬ ਵੀ ਇੱਥੇ ਬੈਠੇ ਸੀ ਉਹਨਾਂ ਨੇ, ਅਤੇ ਕਈ ਸਾਡੇ ਦੋਸਤ ਮਿੱਤਰ ਨੇ ਉਹਨਾਂ ਨੇ 51,000 ਰੁਪਈਆ, ਕਿਸੇ ਨੇ 11,000 ਰੁਪਈਆ, ਜੋ ਵੀ ਜਿੰਨਾ ਵੀ ਕਿਸੇ ਨੂੰ ਸਾਡਾ ਉਹਨਾਂ ਦਾ ਪਿਆਰ ਦੀ ਤੌਰ 'ਤੇ ਹਰੇਕ ਬੰਦਾ ਸਾਡੀ ਮਦਦ ਕਰਦਾ। ਤਕਰੀਬਨ 5,00,000 ਰੁਪਈਆ ਸਾਡੇ ਕੋਲ ਲੱਗ ਜਾਂਦਾ ਅਤੇ 4-4.5 ਲੱਖ ਰੁਪਈਆ ਸਾਨੂੰ ਸਾਡੇ ਦੋਸਤ ਮਿੱਤਰ ਫੰਡ ਦਿੰਦੇ। ਸਰ, ਆਪ ਕਹਾਂ ਸੇ ਹੋ? ਜੀ, ਅਸੀਂ ਫਗਵਾੜੇ ਤੋਂ ਜੀ, ਸੁਪਚਾਣੇ ਆਣਾ ਕਬੱਡੀ ਕਲੱਬ ਫਗਵਾੜਾ। ਠੀਕ ਹੈ। ਔਰ ਸਰ, ਕਬੱਡੀ ਕੇ ਬਾਰੇ ਮੇਂ ਆਪਕੀ ਕਿਆ ਰਾਏ ਹੈ? ਕਬੱਡੀ ਬਹੁਤ ਵਧੀਆ ਜੀ, ਕਬੱਡੀ 'ਚ ਹੁਣ ਪੈਸਾ ਬਹੁਤ ਆ, ਅਤੇ ਉਹਦਾ ਨਾਂ ਕਿ ਬਾਕੀ ਕਬੱਡੀ ਕੋਈ ਬਦਨਾਮੀ ਜਿੱਦਾਂ ਕਰਦੇ ਲੋਕ ਉਨੀ ਹੈ ਨਹੀਂ ਕਬੱਡੀ 'ਚ, ਕਬੱਡੀ ਬਹੁਤ ਵਧੀਆ ਗੇਮ ਹੈ ਜੀ। ਸਰ, ਕਿਆ ਆਪਕੋ ਸਰਕਾਰ ਕੀ ਤਰਫ ਸੇ ਕੁਛ ਹੈਲਪ ਮਿਲਤੀ ਹੈ? ਨਹੀਂ, ਸਰਕਾਰ ਤੋਂ ਨਹੀਂ ਕੋਈ ਮਿਲਦੀ, ਸਾਡੀ ਆਪਣੀ ਟੀਮ ਦੇ ਪ੍ਰਮੋਟਰ ਆ ਉਹ ਕਰਦੇ ਹੈਲਪ, ਸਰਕਾਰ ਤੋਂ ਨਹੀਂ ਕੋਈ ਮਿਲਦੀ ਹੈਲਪ। ਆਵਾਜ਼ ਕੰਪਨੀ ਵੀ ਲਿਖਣਾ ਤੋਂ ਪਿੰਕੀ ਖੰਨਾ ਦੀ ਰਿਪੋਰਟ।